ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਟੀ ਵੀ। ਅਸੀਂ ਡੇਲੀ ਲਾਈਵ ਟੀ ਵੀ ਉੱਤੇ ਤੁਹਾਨੂੰ ਬਸੀ ਪਠਾਣਾ ਤੋਂ ਲਾਈਵ ਜਿਹੜਾ ਦਿਖਾ ਰਹੇ ਹਾਂ। ਇਲਾਕੇ ਦੇ ਪਿੰਡਾਂ ਵੱਲੋਂ ਇੱਥੇ DSP ਦਫ਼ਤਰ ਮੂਹਰੇ ਕਹਿੰਦਾ ਧਰਨਾ ਲਗਾਇਆ ਗਿਆ। ਇਹਨਾਂ ਦਾ ਕਹਿਣਾ ਹੈਗਾ ਵੀ ਸਾਡੇ ਪਿੰਡਾਂ ਦੇ ਵਿੱਚ ਲਾਈਟ ਨਹੀਂ ਆ ਰਹੀ, ਅਸੀਂ ਮਜਬੂਰ ਹੋ ਚੁੱਕੇ ਹਾਂ ਹਨੇਰੇ ਦੇ ਵਿੱਚ ਪੈਣ ਲਈ, ਅਤੇ ਗਰਮੀ ਦਾ ਮੌਸਮ ਹੋਣ ਕਾਰਨ ਸਾਡੇ ਬੱਚੇ ਆ ਜਿਹੜੇ ਦੋ ਦੋ ਦਿਨ ਹੋ ਗਏ ਸੁੱਤੇ ਨਹੀਂ ਹੈਗੇ, ਅਤੇ ਸਾਡੇ ਜਿਹੜੇ ਡੰਗਰ ਆ ਉਹ ਪਾਣੀ ਦੇ ਭੁੱਖੇ ਬੈਠੇ ਨੇ, ਅਤੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ। ਉਹਨਾਂ ਦਾ ਵੀ ਕਹਿਣਾ ਹੈਗਾ ਵੀ ਜਿਹੜੀ ਲਾਈਟ ਆ ਸਾਨੂੰ ਖੇਤਾਂ ਦੇ ਵਿੱਚ ਵੀ ਨਹੀਂ ਮਿਲ ਰਹੀ, ਕਿਉਂਕਿ ਇੱਕ ਪਾਸੇ ਤਾਂ ਦਿੱਲੀ ਧਰਨੇ ਦੇ ਵਿੱਚ ਕਿਸਾਨ ਪਰੇਸ਼ਾਨ ਹੋ ਰਹੇ ਨੇ, ਦੂਜੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਲਾਈਟ ਨਹੀਂ ਦਿੱਤੀ ਜਾ ਰਹੀ। ਇਹਨਾਂ ਦਾ ਕਹਿਣਾ ਹੈਗਾ, ਅਤੇ ਸਾਡੇ ਨਾਲ ਕੁਛ ਪਿੰਡਾਂ ਦੇ ਕਹਿੰਦਾ ਜਿਹੜੇ ਮੋਹਰੀ ਨੇ ਉਹ ਬਣੇ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਨੇ। ਵੀ ਅਸੀਂ ਅੱਜ ਦਿਆਂਗੇ ਕੱਲ੍ਹ ਲਿਆਂਗੇ ਸਪਲਾਈ ਪੂਰੀ ਕਰਾਂਗੇ। ਇਹ ਅੱਜ ਦਾ ਜਿਹੜਾ ਧਰਨਾ ਇੱਥੇ ਦਿੱਤਾ ਜੱਟਾਂ ਨੇ, ਘੱਟੋ ਘੱਟ 10 ਪਿੰਡਾਂ ਦੇ ਇਕੱਠੇ ਹੋ ਕੇ, ਆਖਿਰ ਵੀ ਜਿਹੜਾ 8 ਘੰਟੇ ਲਾਈਟ ਪਿੰਡਾਂ ਨੂੰ ਦਿੰਦੇ ਹਾਂ ਉਹ ਨਹੀਂ ਦੇ ਰਹੇ, ਸਿਰਫ 4 ਘੰਟੇ ਲਾਈਟ ਆ ਰਹੀ ਹੈ। ਪ੍ਰਸ਼ਾਸਨ ਨੂੰ ਜਾਂ ਬਿਜਲੀ ਬੋਰਡ ਨੂੰ ਆ ਕੇ ਰਿਕੁਐਸਟ ਕਰਦੇ ਹਾਂ, ਉਹ ਬੇਨਤੀ ਕਰਕੇ ਮੋੜ ਦਿੰਦੇ ਆ ਵੀ ਅੱਜ ਲਾਈਟ ਆਊਗੀ, ਸਾਨੂੰ ਘੰਟੇ ਦਾ ਵੇਟ ਦੇ ਦਿਓ, ਟਾਈਮ 2 ਘੰਟੇ ਦਾ ਟਾਈਮ ਦੇ ਦਿਓ, ਕੋਈ ਲਾਈਟ ਨਹੀਂ, 8 ਘੰਟੇ ਸਪਲਾਈ ਪੂਰੀ ਹੋ ਰਹੀ। ਇਹ ਪੰਜਾਬ ਸਰਕਾਰ ਨਿਕੰਮੀ ਹੋ ਚੁੱਕੀ ਹੈ, ਇਹ ਫੇਲ ਹੋ ਚੁੱਕੀ ਹੈ, 4-4 ਘੰਟੇ ਰੋਜ਼ ਲਾਈਟ ਆ ਰਹੀ ਹੈ। ਘਰ ਜ਼ਰੂਰਤ ਹੈਗੀ ਲਾਈਟ ਦੀ, ਉਹ ਵੀ ਬੰਦ ਹੈ ਜੀ 8 ਘੰਟੇ ਵਾਲੀ, ਉਹ ਵੀ 8 ਵਾਲੀ ਵੀ ਬੰਦ ਹੈ ਜੀ। ਘਰੇ ਡੰਗਰ ਪਾਣੀ ਤੋਂ ਭੁੱਖੇ, ਛੋਟੇ ਛੋਟੇ ਬੱਚੇ ਭੁੱਖੇ ਜੀ, ਟੈਂਕੀਆਂ 'ਚ ਪਾਣੀ ਖਤਮ ਹੋਇਆ ਹੋਇਆ ਜੀ। ਜਿਹੜੇ ਜਿਹਦੇ ਕੋਲ ਤਾਂ ਜਨਰੇਟਰ ਹੈਗਾ ਉਹ ਤਾਂ ਜਨਰੇਟਰ ਚਲਾ ਲੈਂਦਾ, ਪਰ ਉਹ ਵੀ ਵਿਚਾਰਾ ਕੀ ਕਰੇ ਜੀ, 100 ਰੁਪਏ ਦੇ ਕਰੀਬ ਤਾਂ ਡੀਜ਼ਲ ਪਹੁੰਚਿਆ ਹੋਇਆ, 100 ਰੁਪਏ ਦਾ ਡੀਜ਼ਲ ਪੈਂਦਾ ਜੀ ਇੱਕ ਤਰ੍ਹਾਂ ਦਾ, ਇੱਕ ਵਾਰ ਜਨਰੇਟਰ ਚਲਾਉਣ ਦੇ ਵਿੱਚ ਠੀਕ ਹੈ ਜੀ। ਅਤੇ ਬੱਚਿਆਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਆ, ਰੋਂਦੇ ਆ ਬੱਚੇ, ਗਰਮੀ ਆ, ਗਰੀਬ ਬੰਦੇ ਦਾ ਤਾਂ ਜਮ੍ਹਾਂ ਹੀ ਕੈਪਟਨ ਸਰਕਾਰ ਨੇ ਜੀ, ਬਸ ਬੁਰਾ ਹਾਲ ਹੀ ਕਰਤਾ ਜੀ। ਇਸ ਸੰਬੰਧ ਤੁਸੀਂ ਬਿਜਲੀ ਬੋਰਡ ਦੇ ਅਧਿਕਾਰੀ ਨਾਲ ਕਿਸੇ ਨਾਲ ਸੰਪਰਕ ਕਰਿਆ, SDO ਜਾਂ ਕਿਸੇ ਦਾ? ਜੀ ਸਰ, ਪਹਿਲਾਂ ਗ੍ਰਿਡ ਦੇ ਵਿੱਚ ਗਏ ਸੀ, ਸਾਨੂੰ SDO ਦਾ ਨੰਬਰ ਵੀ ਬਣਦਾ, ਗ੍ਰਿਡ 'ਚ ਗਏ ਸੀ, ਗ੍ਰਿਡ ਦੇ ਵਿੱਚ ਮੁਲਾਜ਼ਮ ਪੂਰੇ ਨਹੀਂ ਹੈਗੇ, ਅਤੇ ਉਹਨਾਂ ਦੇ ਵੀ ਡਰਿੰਕ ਕੀਤੀ ਹੋਈ ਆ ਜਿਹੜੇ ਮੁਲਾਜ਼ਮ ਹੈਗੇ ਸੀ। ਉਹ ਤੋਂ ਬਾਅਦ ਅਸੀਂ 2 ਘੰਟੇ ਸਾਨੂੰ ਉਰੇ ਬੈਠੇ ਨੂੰ ਹੋ ਗਏ, ਮਤਲਬ ਸਾਨੂੰ 3 ਘੰਟੇ ਟੋਟਲ ਹੋ ਗਏ ਜੀ, ਹਜੇ ਤੱਕ ਸਾਡੇ ਤੱਕ ਕੋਈ SDM ਪੁਲਿਸ ਨਹੀਂ ਆਇਆ। ਇੱਥੇ ਤੋਂ ਇੱਕ ਗੱਲ ਦਾ ਪਤਾ ਲੱਗਦਾ ਵੀ ਆਮ ਇਨਸਾਨ ਦੀ ਉਰੇ ਕੋਈ ਕਦਰ ਨਹੀਂ ਹੈਗੀ, ਟਾਈਮ ਦੀ ਕੋਈ ਵੀ ਵੈਲਿਊ ਨਹੀਂ ਹੈਗੀ ਉਰੇ। 3 ਘੰਟੇ ਹੋ ਗਏ, 10 ਪਿੰਡਾਂ ਦਾ ਇਕੱਠ ਹੋਇਆ, ਹੋਏ ਤੱਕ ਕੋਈ ਸਾਡੇ ਕੋਲ ਕੋਈ ਮੌਕੇ ਦਾ ਅਫਸਰ ਨਹੀਂ ਪਹੁੰਚਿਆ ਜੀ ਬਿਜਲੀ ਗ੍ਰਿਡ ਦਾ।